ਫਗਵਾੜੇ ਚੋਰਾਂ ਨੇ ਤਹਿਲਕਾ ਮਚਾ ਰੱਖਿਆ ਹੋਇਆ ਹੈ ਜਿਨ੍ਹਾਂ ਨੇ ਹੱਦ ਹੁਣ ਉਸ ਵੇਲੇ ਪਾਰ ਕਰ ਦਿੱਤੀ ਜਦੋਂ ਖਾਲਸਾ ਇਨਕਲੇਵ ਦੇ ਇੱਕ ਘਰ ਦੇ ਬਾਹਰੋਂ ਚੋਰ ਸਿਟੀ ਹਾਂਡਾ ਗੱਡੀ ਹੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਡੀ ਮਾਲਕਾਂ ਨੇ ਦੱਸਿਆ ਕਿ ਚੋਰਾਂ ਨੇ 12 ਵਜੇ ਤੋਂ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਨ੍ਹਾਂ ਨੇ ਅਜੇ 2 ਮਹੀਨੇ ਪਹਿਲਾਂ ਹੀ ਗੱਡੀ ਖਰੀਦੀ ਸੀ ਜਿਸ ਬਾਰੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਗੱਡੀ ਚੋਰੀ ਹੋ ਗਈ ਰਾਤੀ ਜਿੱਦਾਂ 11 ਵਜੇ ਤੱਕ ਤਾਂ ਗੱਡੀ ਦੇਖੀ ਹੈ, ਬਾਹਰ ਹੀ ਖੜੀ ਹੁੰਦੀ ਹਮੇਸ਼ਾ ਹੀ, ਸਾਰੀ ਕਲੋਨੀ ਦੀਆਂ ਗੱਡੀਆਂ ਜਿੱਦਾਂ ਬਾਹਰ ਹੀ ਲੱਗਦੀਆਂ। ਅਸੀਂ ਵੀ ਇੱਥੇ ਲਾਈ ਸੀ। ਕੀ ਨਾਮ ਜੀ ਆਪਣਾ? ਨਾਮ ਹੈਗਾ ਕਿਰਨਦੀਪ ਕੌਰ। ਕਿਹੜਾ ਮੱਲਾ ਹੈ? ਮੱਲਾ ਹੈਗਾ ਖਾਲਸਾ ਇਨਕਲੇਵ। ਅਤੇ ਰਾਤੀ ਗੱਡੀ ਖੜੀ ਸੀਗੀ, ਦਿਨੇ ਦੇਖਿਆ ਤਾਂ ਉੱਠ ਕੇ 8 ਕੁ ਵਜੇ ਦੇਖਿਆ ਮੈਂ, ਉੱਪਰੋਂ ਥੱਲੇ ਝਾਤੀ ਮਾਰੀ ਤਾਂ ਗੱਡੀ ਹੈ ਹੀ। ਗੱਡੀ ਕਿਹੜੀ ਸੀ? ਗੱਡੀ ਦਾ ਹੁਣ ਮੈਨੂੰ ਨਾਮ ਨਹੀਂ ਪਤਾ, ਬੱਚਿਆਂ ਨੂੰ ਪਤਾ ਆ। ਅਤੇ ਨਵੀਂ ਸੀ? ਹਾਂਜੀ ਨਵੀਂ, 2 ਮਹੀਨੇ ਹੋਏ ਅਜੇ, ਵਿੱਚੇ ਹੀ ਸੀ, ਉਹਦੇ ਪੇਪਰ ਵਗੈਰਾ ਸਭ ਕੁਛ ਵਿੱਚੇ ਹੀ ਪਿਆ ਸੀ। ਤਾਂ ਅਜੇ ਪਤਾ ਨਹੀਂ, ਇੰਸ਼ੋਰੈਂਸ ਵਗੈਰਾ ਵੀ ਨਹੀਂ ਕਰਾਈ। ਕੋਈ ਸੀਸੀਟੀਵੀ ਕੈਮਰੇ ਜਾਈ, ਕੋਈ ਚੈੱਕ ਕੀਤੇ ਕੈਮਰੇ? ਦੇਖਣ ਗਏ ਨੇ ਇੱਧਰ ਉੱਧਰ ਕੈਮਰੇ 'ਚ, ਦੇਖਣ ਗਏ ਆ ਵੀ ਕੁਛ ਪਤਾ ਚੱਲ ਸਕੇ, ਬਾਕੀ ਪਤਾ ਨਹੀਂ। ਪੁਲਿਸ ਨੂੰ ਦੱਸਦਾ? ਹਾਂਜੀ ਪੁਲਿਸ ਨੂੰ ਦੱਸਦਾ ਆ। ਪੁਲਿਸ ਆਈ ਸੀ ਮੌਕੇ ਤੇ? ਹਾਂਜੀ ਪੁਲਿਸ ਆਏ ਨੇ, ਆਏ ਸੀਗੇ, 2 ਕੁ ਜਣੇ ਬੈਠੇ ਗਏ ਨਾ, ਲਿਖ ਕੇ ਲੈ ਗਏ ਸਾਰਾ ਕੁਛ। ਅਤੇ ਹੁਣ ਉਹ ਵੀ ਕੈਮਰਾ ਚੈੱਕ ਕਰਨ ਗਏ ਨੇ, ਇੱਧਰ ਹੋਰ ਕਿਸੇ ਇੱਕ ਘਰ 'ਚ ਦੇਖਣ ਗਏ ਨੇ ਵੀ ਜੇ ਕੁਛ ਕਲੂ ਮਿਲ ਸਕੇ ਤਾਂ। ਇੱਕ ਗੱਡੀ ਜਿਹੜੀ ਸੀਟੀ ਹੁੰਡਾ ਜਿਹੜੀ ਆ ਖਾਲਸਾ ਕਲੇਬ ਸਾਡਾ ਘਰ ਆ, ਇੱਥੋਂ ਜਿਹੜੀ ਰਾਤੀ 12 ਤੋਂ ਬਾਅਦ ਜਿਹੜਾ ਟਾਈਮ ਸੀਗਾ ਉਹ ਚੋਰੀ ਹੋਈ ਆ, ਕਿਉਂਕਿ ਕੁੱਤੇ ਬਹੁਤ ਭੌਂਕ ਰਹੇ ਸੀ, ਸਾਰੇ ਮੁਹੱਲੇ ਵਾਲੇ ਦੱਸ ਰਹੇ ਆ। ਅਤੇ ਸਿਟੀ ਹੁੰਡਾ ਜਿਹੜੀ ਗੱਡੀ ਆ ਸਾਡੀ, ਇਹ ਅਜੇ 2 ਮਹੀਨੇ ਪਹਿਲਾਂ ਹੀ ਅਸੀਂ ਜਿਹੜੀ ਪਰਚੇਜ਼ ਕੀਤੀ ਸੀਗੀ ਉਹ ਪਤਾ ਨਹੀਂ ਲੱਗ ਰਿਹਾ। ਅਸੀਂ ਆਪਣੀ ਕੰਪਲੇਂਟ ਜਿਹੜੀ ਆ ਸਿਟੀ ਥਾਣੇ ਦੇ ਵਿੱਚ ਦੇ ਚੁੱਕੇ ਹਾਂ, ਅਤੇ ਪੁਲਿਸ ਵਾਲੇ ਇੱਥੇ ਆਏ ਆ, ਆਪਣੇ ਉਹ ਕੈਮਰੇ ਵਗੈਰਾ ਸਾਰੇ ਆਲੇ ਦੁਆਲੇ ਉਹ ਚੈੱਕ ਕਰ ਰਹੇ ਆ, ਅਤੇ ਉਹ ਪਤਾ ਲੱਗਣ 'ਤੇ ਉਹ ਕਹਿ ਰਹੇ ਸੀ ਅਸੀਂ ਦੱਸ ਦਾਂਗੇ। ਉਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਹੜਾ ਸਰ ਇੱਥੋਂ ਕੋਈ ਜਿਹੜੀ ਇਹ ਲੜਕੀ ਨੇ ਕੰਪਲੇਂਟ ਕੀਤੀ ਆ ਕਿਰਨਦੀਪ ਕੌਰ ਨੇ ਖਾਲਸਾ ਇਨਕਲੇਵ ਤੋਂ, ਠੀਕ ਆ ਜੀ, ਇਹਨਾਂ ਦੀ ਕੋਈ ਗੱਡੀ ਘਰ ਦੇ ਬਾਹਰ ਲਾਈ ਸੀ ਅਤੇ ਜਿਹੜੀ ਕੋਈ ਚੋਰੀ ਹੋ ਗਈ ਹੈ, ਠੀਕ ਆ ਜੀ। ਅਤੇ ਉਹਦੇ ਵਾਸਤੇ ਅਸੀਂ ਜਿਹੜੇ ਆਲੇ ਦੁਆਲੇ ਕੈਮਰੇ ਜਿਹੜੇ ਆ ਚੈੱਕ ਕਰ ਰਹੇ ਹਾਂ, ਠੀਕ ਆ ਜੀ, ਅਤੇ ਇਹਦੀ ਤਫਤੀਸ਼ ਚੱਲ ਰਹੀ ਆ। ਗੱਡੀ ਕਿਹੜੀ ਚੋਰੀ ਕੀਤੀ? ਗੱਡੀ ਸਰ ਇਹਨਾਂ ਦੀ ਹੋਂਡਾ ਸਿਟੀ ਗੱਡੀ ਆ। ਹਜੇ ਤੱਕ ਕਿਸੇ ਕੈਮਰੇ ਵਿੱਚ ਆਈ ਕੋਈ ਗੱਡੀ? ਅਜੇ ਤੱਕ ਕੈਮਰੇ ਜਿਹੜੇ ਆਲੇ ਦੁਆਲੇ ਜਿੰਨੇ ਲੱਗੇ ਚੈੱਕ ਕਰ ਰਹੇ ਹਾਂ, ਕੋਈ ਕਲੂ ਇਹੋ ਜਿਹਾ ਮਿਲਿਆ ਕੋਈ ਜਿਹਦੇ ਆਧਾਰ 'ਤੇ? ਅਜੇ ਤੱਕ ਕੋਈ ਕਲੂ ਨਹੀਂ ਮਿਲ ਰਿਹਾ, ਠੀਕ ਆ ਜੀ। ਵਿੱਚ ਜਿਹੜੀ ਆ ਲਾਈਟ ਵੀ ਜਿਹੜੀ ਆ ਚਲੀ ਗਈ ਬਾਰਿਸ਼ ਕਰਕੇ, ਅਤੇ ਕੋਈ ਕੈਮਰੇ ਦੇ ਵਿੱਚ ਅਜੇ ਤੱਕ ਕੋਈ ਕਲੂ ਨਹੀਂ ਮਿਲਿਆ। ਇਹ ਕਿੰਨੇ ਕੁ ਵਜੇ ਘਟਨਾ ਦੱਸ ਰਹੇ ਆ? ਇਹ ਕੋਈ 12 ਵਜੇ ਤੋਂ ਬਾਅਦ ਹੀ ਆ ਜੀ। ਠੀਕ ਹੈ ਜੀ, 4 ਕੁ ਵਜੇ ਦੇ ਵਿੱਚ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਓਪੋਜ਼ਿਟ ਬੱਸ ਸਟੈਂਡ, ਫਗਵਾੜਾ।